ਅੱਜ ਮੈਟਰ ਲੱਗਿਆ ਸੀ, ਇਹਦੇ ਵਿੱਚ ਯੂਟੀ ਨੇ ਅਤੇ ਮਿਊਂਸੀਪਲ ਕਾਰਪੋਰੇਸ਼ਨ ਨੇ ਆਪਣਾ ਜਵਾਬ ਫਾਈਲ ਕਰ ਦਿੱਤਾ ਅਤੇ ਕੋਰਟ ਨੇ ਕਿਹਾ ਕਿ ਕੱਲ੍ਹ ਸਵੇਰੇ ਮੈਟਰ ਸੁਣਿਆ ਜਾਏਗਾ ਜਾਂ ਇੰਸਟਰਕਸ਼ਨ ਲੈ ਕੇ ਆਉਣ ਯੂਟੀ ਕਿ ਬਈ ਇਲੈਕਸ਼ਨ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਕਦੋਂ ਕਰਾਇਆ ਜਾ ਸਕਦਾ ਅਤੇ ਜਾਂ ਮੈਟਰ ਮੈਰਿਟਸ 'ਤੇ ਸੁਣ ਕੇ ਇਹਨੂੰ ਕੱਲ੍ਹ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ। ਜਵਾਬ ਫਾਈਲ ਉਹਨਾਂ ਨੇ ਕਹਿ ਰਹੇ ਸੀਗੇ ਇੰਸਟਰਕਸ਼ਨ ਲੈ ਕੇ ਆਉਣਗੇ, ਕੋਈ ਫਾਈਲ ਕਰਨ ਦੀ ਵਾਰ ਵਾਰ ਗੱਲ ਵੀ ਕਰ ਰਹੇ ਸੀ। ਜਵਾਬ ਉਹਨਾਂ ਨੇ ਫਾਈਲ ਕੀਤਾ ਔਰ ਕੋਰਟ ਨੇ ਔਨ ਰਿਕਾਰਡ ਲੈ ਲਿਆ ਜਵਾਬ ਉਹਨਾਂ ਦਾ ਤਾਂ ਕਿ ਕੱਲ੍ਹ ਮੈਟਰ ਬਹਿਸ ਹੋ ਸਕੇ। ਤੁਹਾਡੇ ਵੱਲੋਂ ਵੀ ਇੱਕ ਕਹਿ ਰਹੇ ਸੀਗੇ ਤੁਸੀਂ ਇੱਕ ਡਾਇਰੈਕਟ ਇਨ ਪਲੇਸ ਔਨ ਰਿਕਾਰਡ ਕੁਝ ਡਾਕੂਮੈਂਟ ਚਲੇ। ਬੇਸਿਕਲੀ ਅਸੀਂ ਇਹ ਕਿਹਾ ਹੈਗਾ ਕਿ ਇਲੈਕਸ਼ਨ ਦੇ ਵਿੱਚ ਕਿਉਂਕਿ ਡਿਲੇ ਹੋ ਰਹੀ ਹੈ ਜਿਹਦੇ ਨਾਲ ਕਿ ਬਹੁਤ ਇਰੈਗੂਲੈਰਿਟੀਜ਼ ਹੋਣ ਦਾ ਚਾਂਸ ਹੈ ਅਤੇ ਇਲੈਕਸ਼ਨ 24 ਘੰਟਿਆਂ ਦੇ ਵਿੱਚ ਕਰਾਇਆ ਜਾਏ ਅਤੇ ਕੋਰਟ ਨੇ ਵੀ ਇਹ ਕਿਹਾ ਹੈ ਕਿ ਇਲੈਕਸ਼ਨ ਜਿੰਨੀ ਛੇਤੀ ਤੋਂ ਛੇਤੀ ਹੋ ਜਾਏ ਉਨਾ ਬੈਟਰ ਹੈ ਅਤੇ ਯੂਟੀ ਨੇ ਟਾਈਮ ਲਿਆ ਹੈ ਇੰਸਟਰਕਸ਼ਨ ਲੈਣ ਦੇ ਲਈ ਅਤੇ ਕੱਲ੍ਹ ਉਹ ਆ ਕੇ ਕੋਰਟ ਨੂੰ ਦੱਸਣਗੇ ਵੀ ਇਲੈਕਸ਼ਨ ਛੇਤੀ ਤੋਂ ਛੇਤੀ ਕਦੋਂ ਕਰਾਇਆ ਜਾ ਸਕਦਾ। ਲਾਸਟ ਸਵਾਲ, ਕਿਉਂਕਿ ਕੋਰਟ ਨੇ ਸਾਫ਼ ਕਿਹਾ ਕਿ ਡੇਟ ਲੈ ਕੇ ਆਉਣੀ ਹੈ ਕੱਲ੍ਹ। ਹਾਂ, ਅਗਰ ਡੇਟ ਲੈ ਕੇ ਨਹੀਂ ਆਉਣਗੇ ਤਾਂ ਕੋਰਟ ਮੈਰਿਟਸ 'ਤੇ ਸੁਣ ਕੇ ਕੇਸ ਦਾ ਫੈਸਲਾ ਕਰਦਾ। ਠੀਕ ਹੈ, ਥੈਂਕ ਯੂ ਸਰ। ਕੋਰਟ ਦੇ ਵੱਲੋਂ ਅੱਜ ਕੀ ਕੁਝ ਇਸ ਪੂਰੇ ਮਾਮਲੇ ਤੇ ਸੁਣਵਾਈ ਕੀਤੀ ਗਈ ਹੈ? ਇਹ ਕੇਸ ਸੈਟਰਡੇ ਨੂੰ ਲੱਗਿਆ ਸੀ ਤੇ ਅੱਜ ਦੂਜੀ ਰਿਟ ਦੇ ਨਾਲ ਲਗਾਇਆ ਸੀ। ਸਾਨੂੰ ਰਿਪਲਾਈ ਦਾ ਟਾਈਮ ਦਿੱਤਾ ਸੀ ਕਿਉਂਕਿ ਸੈਟਰਡੇ ਸੰਡੇ ਤੇ ਮੰਡੇ ਛੁੱਟੀ ਹੋਣ ਦੇ ਕਰਕੇ ਅੱਜ ਸਵੇਰੇ ਅਸੀਂ ਮੈਂਸ਼ਨ ਕਰਕੇ ਆਪਣਾ ਰਿਪਲਾਈ ਲਗਾਉਣ ਦੀ ਗੱਲ ਕੀਤੀ ਸੀ, ਜਿਸ 'ਚ ਯੂਟੀ, ਮਿਊਨਸੀਪਲ ਕਾਰਪੋਰੇਸ਼ਨ ਔਰ ਚੰਡੀਗੜ੍ਹ ਪੁਲਿਸ ਨੇ ਤਿੰਨੋਂ ਨੇ ਰਿਪਲਾਈ ਦੇਣਾ ਸੀ। ਕੋਰਟ ਨੇ ਓਬਜ਼ਰਵੇਸ਼ਨ ਜਿਹੜੀ ਸਾਨੂੰ ਕਿਹਾ ਸੀਗਾ ਕਿ ਇਹਨੂੰ ਡੇਟ ਨੂੰ 26 ਤੋਂ ਪਹਿਲਾਂ ਕੀਤਾ ਜਾਂਦਾ, ਅਸੀਂ ਬਿਲਕੁਲ ਕਲੀਅਰਲੀ ਕਿਹਾ ਕਿ 26 ਤੋਂ ਪਹਿਲਾਂ ਪੋਸੀਬਲ ਨਹੀਂ ਹੈ। 22 ਤਰੀਕ ਦਾ ਜਿਹੜਾ ਮਾਮਲਾ ਸੀਗਾ ਉਹ ਅੱਜ ਨਿਕਲਿਆ ਔਰ ਸਾਡੇ ਕੋਲ ਕਈ ਇਨਪੁਟਸ ਨੇ ਜਿਹੜੇ ਰਿਪਲਾਈ ਦੇ ਵਿੱਚ ਯੂਟੀ ਦੇ ਵਿੱਚ ਸਾਰੀ ਆਈ ਹੋਈਆਂ ਗੱਲਾਂ, ਉਹ ਰਿਪਲਾਈ ਤੁਸੀਂ ਦੇਖ ਕੇ ਕੋਰਟ ਨੂੰ ਅਸੀਂ ਕਿਹਾ ਕਿ ਉਹ ਦੇਖ ਕੇ ਸਮਝਿਆ ਜਾ ਸਕਦਾ ਕਿ 26 ਤੱਕ ਵੈਸੇ ਹੀ ਪੋਸੀਬਲ ਨਹੀਂ ਹੈ। 27-28 ਨੂੰ ਵੈਸੇ ਹੀ ਪੁਲਿਸ ਫੋਰਸਿਸ ਦਾ ਅਵੇਲੇਬਲ ਨਹੀਂ ਹੁੰਦੀ, ਰਿਟਰੀਟ ਦੀ ਵੀ ਹੁੰਦੀ ਹੈ ਔਰ ਛੁੱਟੀ ਦਾ ਵੀ ਹੁੰਦਾ ਆਫਟਰ 26 ਤੇ ਬੈਸਟ ਡੇਟ ਜਿਹੜਾ ਸੀ ਪੋਸਟ 28 ਹੀ ਆ ਸਕਦਾ। 29th ਨੂੰ ਚੰਡੀਗੜ੍ਹ ਪੁਲਿਸ ਨੇ ਦੋਨੋਂ ਪੰਜਾਬ ਤੇ ਹਰਿਆਣਾ ਦੇ ਪੁਲਿਸ ਆਫੀਸਰਸ ਦੀ ਇੱਕ ਮੀਟਿੰਗ ਰੱਖੀ ਹੈ ਸੋ ਦੈਟ ਇਹ ਜੀ ਕੋਈ ਡਿਫੀਕਲਟੀ ਨਾ ਆਏ ਜੋ ਪਹਿਲਾਂ ਇੱਕ ਸਿਚੁਏਸ਼ਨ 16 ਤਰੀਕ ਨੂੰ ਹੁੰਦੇ ਹੁੰਦੇ ਬਚੀ ਹੈ ਜਾਂ ਕੋਈ ਦੁਬਾਰਾ ਤੋਂ ਉਹ ਸਿਚੁਏਸ਼ਨ ਨਾ ਆਏ। ਸੋ 29 ਤੋਂ ਬਾਅਦ ਜਿਹੜੀ ਕਨਵੀਨੀਅੰਟ ਡੇਟ ਹੈ ਟੂ ਦੀ ਐਵਰੀਬਡੀ ਉਹ ਕੋਰਟ ਨੂੰ ਅਸੀਂ ਇਨਫੋਰਮ ਕੀਤਾ ਸੀ 6 ਤਰੀਕ ਰੱਖੀ ਹੈ। ਕੋਰਟ ਦੀ ਆਬਜ਼ਰਵੇਸ਼ਨ ਇਹ ਸੀ ਕਿ 26-27 ਤੋਂ ਬਾਅਦ ਵੀ ਇਮੀਡੀਏਟਲੀ 6 ਤਰੀਕ ਦੀ ਜਸਟੀਫਿਕੇਸ਼ਨ ਨਹੀਂ ਲੱਗ ਰਹੀ, ਜਿਹਦਾ ਅਸੀਂ ਕਿਹਾ ਕਿ ਦੇਰ ਇਜ਼ ਸਫੀਸ਼ੀਐਂਟ ਮਟੀਰੀਅਲ ਜਿਹੜੇ ਯੂਟੀ ਦੇ ਰਿਪਲਾਈ ਤੇ ਔਰ ਸਾਡੇ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੇ ਤਾਂ ਸੀਸੀਟੀਵੀ ਕੈਮਰਾ ਲਗਾਉਣ ਵਾਸਤੇ ਵੀ ਰਿਕੁਐਸਟ ਪਾਈ ਹੈ ਔਰ SHO ਨੇ ਸਾਨੂੰ ਲਿਖਿਆ ਵੀ ਹੈ ਕਿ ਸੀਸੀਟੀਵੀ ਕੈਮਰਾ ਚਾਹੀਦੇ ਹੈ, ਉਹਨੂੰ ਵੀ ਲਗਾਉਣ 'ਚ ਸਾਨੂੰ 5-6 ਦਿਨ ਦਾ ਟਾਈਮ ਚਾਹੀਦਾ ਔਰ ਉਹ ਸਾਰੀ ਕਾਰਵਾਈ ਜਿਹੜੀ ਹੋਏਗੀ ਉਹ 26 ਜਨਵਰੀ ਤੋਂ ਪਹਿਲਾਂ ਨਹੀਂ ਹੋ ਸਕਦੀ। ਇਹ ਅਸੀਂ ਜਸਟੀਫਿਕੇਸ਼ਨ ਆਪਣੇ ਰਿਪਲਾਈਜ ਕੀਤਾ, ਕੋਰਟ ਨੇ ਕੱਲ੍ਹ ਮਾਰਨਿੰਗ 'ਚ ਰੱਖਿਆ ਔਰ ਕੋਰਟ ਨੇ ਅਲਾਓ ਕਰਤੇ ਹੈ ਸਾਡੀ ਰਿਪਲਾਈਜ ਰਿਕਾਰਡ 'ਤੇ ਲੈਣ ਵਾਸਤੇ ਔਰ ਕੱਲ੍ਹ ਮਾਰਨਿੰਗ ਦੇ ਵਿੱਚ ਅਗਰ ਸਾਡੀ ਕੋਈ ਪ੍ਰਿਸਾਈਵ ਅਥਾਰਟੀ ਦਾ ਕੋਈ ਫੈਸਲਾ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਅਸੀਂ ਮੈਰਿਟ 'ਤੇ, ਕੋਰਟ ਨੇ ਬੜਾ ਕਲੀਅਰਲੀ ਕਿਹਾ ਕਿ ਮੈਰਿਟ 'ਤੇ ਕੇਸ ਸੁਣਾਇਆ ਜਾਏਗਾ, ਅਸੀਂ ਮੈਰਿਟ 'ਤੇ ਬਿਲਕੁਲ ਤਿਆਰ ਹਾਂ। ਓਨਲੀ ਥਿੰਗ ਇਜ਼ ਕਿ ਇੱਕ ਕੱਲ੍ਹ ਵਾਸਤੇ ਕੋਰਟ ਨੇ ਇੱਕ ਟਾਈਮ ਦਿੱਤਾ ਹੈ ਪ੍ਰਿਸਕ੍ਰਾਈਬ ਅਥਾਰਟੀ ਨੂੰ। ਅਸੀਂ ਜਵਾਬ ਆਲਰੇਡੀ ਫਾਈਲ ਕਰਤੇ ਹਾਂ, ਕੋਰਟ ਨੇ ਸਵੇਰੇ ਨਹੀਂ ਲਿੱਤੇ ਸੀ ਰਿਪਲਾਈ, ਸਾਡੀ ਰਿਕੁਐਸਟ 'ਤੇ ਕੋਰਟ ਨੇ ਅੱਜ ਰਿਪਲਾਈ ਰਿਕਾਰਡ 'ਤੇ ਲੈ ਲਏ, ਉਸਦੇ ਰਿਪਲਾਈ ਦੇ ਬੇਸ 'ਤੇ ਕੱਲ੍ਹ ਬਹਿਸ ਹੋਏਗੀ ਅਗਰ ਬਹਿਸ ਸ਼ੁਰੂ ਹੁੰਦੀ ਹੈ।